ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜੀ ਕੋਵਿਡ ਸੈਂਟਰ ਬਣਾਇਆ ਗਿਆ ਸੀਗਾ ਉਹਦੀ ਕੰਪਲੇਂਟ ਅਸੀਂ ਜਾਗੋ ਪਾਰਟੀ ਵੱਲੋਂ ਦਿੱਤੀ ਹੈ ਨੌਰਥ ਐਵਨਿਊ ਥਾਣੇ ਦੇ ਵਿੱਚ ਕਿ ਇਹਦੇ ਵਿੱਚ ਜਿੰਨੇ ਵੀ ਡਾਕਟਰ ਰੱਖੇ ਗਏ ਸੀ ਉਹ ਫਰਜ਼ੀਵਾੜਾ ਸੀਗਾ, ਉਹਨਾਂ ਕੋਲ ਡਿਗਰੀਆਂ ਨਹੀਂ ਸੀ, ਉਹ ਨਕਲੀ ਡਾਕਟਰ ਸੀਗੇ। ਔਰ ਜਿਸ ਦਿਨ ਇਹਦੀ ਓਪਨਿੰਗ ਹੋਈ ਸੀਗੀ, ਜਿਹੜੇ ਸਤਿੰਦਰ ਜੈਨ ਮਿਨਿਸਟਰ ਹੈ ਔਰ ਸਰਸਾ ਔਰ ਕਾਲਕਾ, ਇਹਨਾਂ ਨੇ ਆਖਿਆ ਸੀਗਾ ਕਿ ਇੱਥੇ 50 ਬੰਦੇ ਜਿਹੜੇ ਨੇ ਉਹ 50 ਡਾਕਟਰ ਜਿਹੜੇ ਨੇ LNJP ਦੇ ਹੋਣਗੇ, LNJP ਦੇ ਨਾਲ ਕੋਲੈਬਰੇਸ਼ਨ 'ਚ ਬਣਾਇਆ ਜਾਏਗਾ। ਮੈਂ ਸਮਝਦਾ ਕਿ ਟੋਟਲ ਇੱਥੇ ਫਰੋਡ ਕੀਤਾ ਗਿਆ, ਫਰਜ਼ੀਵਾੜਾ ਕੀਤਾ ਗਿਆ ਔਰ ਕੀ ਇਸ ਨੂੰ ਆਖਦੇ ਨੇ ਉਹਨਾਂ ਨੇ ਇਹਦੇ ਵਿੱਚ ਜਿਹੜਾ ਉਹ ਜਿਹੜੇ ਡਾਕਟਰ ਤਾਂ ਨਕਲੀ ਸੀਗੇ, ਇੱਥੇ ਜਿਹੜਾ ਪੇਸ਼ੈਂਟ ਦਾਖਲ ਹੋਇਆ ਉਹਦੀ ਡੈਥ ਹੋ ਗਈ। ਔਰ ਡੈਥ ਕਿਵੇਂ ਹੁੰਦੀ ਹੈ ਕਿ ਉਹਦਾ 92 ਉਹਦੀ ਆਕਸੀਜਨ ਸੀਗਾ ਔਰ ਉਸਨੂੰ ਸਵੇਰੇ ਐਡਮਿਟ ਕੀਤਾ ਜਾਂਦਾ ਔਰ ਸਵੇਰੇ ਐਡਮਿਟ ਕਰਦੇ ਨੇ, ਸ਼ਾਮੀ ਉਹਦੇ ਆਪਣੇ ਬੇਟੇ ਨਾਲ ਗੱਲ ਹੁੰਦੀ ਕਿ ਮੈਂ ਬਿਲਕੁਲ ਠੀਕ ਹਾਂ, 9 ਵਜੇ 2:30 ਵਜੇ ਗੁਰਦੁਆਰੇ ਤੋਂ ਫੋਨ ਚਲੇ ਜਾਂਦਾ ਉਹਨਾਂ ਨੂੰ ਕਿ ਬਈ ਤੁਸੀਂ LNJP ਆ ਜਾਓ, ਤੁਹਾਡੇ ਜਿਹੜਾ ਫਾਦਰ ਨੇ ਉਹਨਾਂ ਦੀ ਤਬੀਅਤ ਬਹੁਤ ਖਰਾਬ ਹੈ। ਉਹ 3 ਵਜੇ ਹੋਸਪਿਟਲ ਪਹੁੰਚਦੇ ਨੇ ਔਰ ਜਦੋਂ 3 ਵਜੇ ਉੱਥੇ ਪਹੁੰਚਦੇ ਨੇ ਤਾਂ ਬੋਡੀ ਜਿਹੜੀ ਹੈ ਉਹ ਬੋਡੀ ਬੈਗ ਦੇ ਵਿੱਚ ਰੈਪ ਕਰਕੇ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈ। ਇਹਦਾ ਮਤਲਬ ਜਿਹਦੀ 92 ਸ਼ੂਗਰ ਸੀਗੀ ਰਾਤੀ ਤੱਕ ਠੀਕ ਸਨ, ਜਦੋਂ ਐਮਰਜੈਂਸੀ ਹੋਈ ਨਾ ਉੱਥੇ ਕੋਈ ਡਾਕਟਰ ਸੀਗੇ, ਨਾ ਉੱਥੇ ਕੋਈ ਇੰਤਜ਼ਾਮ ਸੀ, ਨਾ ਕੋਈ ਇਕਿਪਮੈਂਟ ਸੀਗਾ। ਔਰ ਉਹਦੀ ਸ਼ਿਕਾਇਤ ਸਾਡੇ ਕੋਲ ਆਈ ਹੈ, ਇਹ ਵੀ ਇਸ ਦੇ ਵਿੱਚ ਅਸੀਂ ਜਿਹੜੀ ਹੈ ਇਹ ਸ਼ਿਕਾਇਤ ਦਿੱਤੀ ਹੈ ਥਾਣੇ ਦੇ ਵਿੱਚ। ਔਰ ਦੂਜੀ ਗੱਲ, ਜਿਹੜਾ ਉੱਥੇ ਸਟਾਫ ਰੱਖਿਆ ਸੀ, ਆ ਜੋ ਸਟਾਫ ਵੀ ਸਾਡੇ ਕੋਲ ਆਇਆ, ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ। ਮੈਂ ਇਹ ਸਮਝਦਾ ਵਾਂ ਕਿ ਇਹ ਟੋਟਲ ਫਰਾਡ ਕੀਤਾ ਗਿਆ ਔਰ ਇਹਦੀ ਇਨਕੁਆਇਰੀ ਹੋਣੀ।